ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪੁਰਾਣੇ ਸਾਲਾਂ ਦੇ ਪੇਪਰਾਂ ਵਿੱਚ ਇੱਕ ਪ੍ਰਸ਼ਨ ਡਿਸਕਸ ਕਰਦੇ ਹਾਂ ਜੀ 2022 ਵਿੱਚ ਪੁੱਛਿਆ ਗਿਆ ਹੈ ਜੀ ਸੈਕਸ਼ਨ B ਪੇਪਰ 1 ਸੈਕਸ਼ਨ B ਦਾ ਪਹਿਲਾ ਪ੍ਰਸ਼ਨ ਹੈ ਜੀ ਲਾਜ਼ਮੀ ਪ੍ਰਸ਼ਨਾਂ ਵਿੱਚੋਂ ਇਹ ਪਹਿਲਾ ਪ੍ਰਸ਼ਨ ਹੈ ਕੀ ਲੋਕਮਾਂਟਿਕ ਪੰਜਾਬੀ ਕਾ ਪਰੰਪਰਾ ਦਾ ਕੋਈ ਇੱਕੋ ਇੱਕ ਵਿਚਾਰਧਾਰਕ ਕੇਂਦਰ ਮੰਨਿਆ ਜਾ ਸਕਦਾ ਹੈ ਜੇ ਨਹੀਂ ਤਾਂ ਕਾਰਨ ਦੱਸੋ ਦੇਖੋ ਜਦੋਂ ਤੁਸੀਂ ਇਹ ਪ੍ਰਸ਼ਨ ਪੜ੍ਹਨਾ ਨਾ ਤੇ ਇੱਕਦਮ ਪੈਨਿਕ ਨਹੀਂ ਹੋਣਾ ਵੀ ਯਾਰ ਵੀ ਮੈਂ ਸ਼ਾਇਦ ਤਿਆਰ ਨਹੀਂ ਕੀਤਾ ਮੈਂ ਕੀ ਲਿਖਣਾ ਆ ਕੀ ਪੁੱਛਿਆ ਗਿਆ ਆ ਕੀਵਰਡ ਚੱਕੋ ਰੋਮਾਂਟਿਕ ਪੰਜਾਬੀ ਕਾ ਪਰੰਪਰਾ ਰੋਮਾਂਟਿਕ ਇਹ ਤੁਸੀਂ ਟੌਪਿਕ ਪੜ੍ਹਿਆ ਪੜ੍ਹਿਆ ਜੀ ਠੀਕ ਹੈ ਜੀ ਮੈਨੂੰ ਆਂਦਾ ਆ ਪੁੱਛਿਆ ਕੁਝ ਵੀ ਆ ਤੁਸੀਂ ਤਿਆਰੀ ਤਾਂ ਕੀਤੀ ਆ ਰੋਮਾਂਟਿਕ ਪੰਜਾਬੀ ਕਾ ਪਰੰਪਰਾ ਬਾਰੇ ਤੁਸੀਂ ਪੜ੍ਹਿਆ ਹੋਇਆ ਆ ਠੀਕ ਹੈ ਜੀ ਤੇ ਕੁਐਸਚਨ ਇਹ ਪੁੱਛਿਆ ਕਿ ਇਹਦਾ ਜਿਹੜਾ ਵਿਚਾਰ ਧਾਰਕ ਕੇਂਦਰ ਆਨਾ ਵਿਕੇ ਸਿਰ ਆਈਡਿਓਲੋਜੀ ਉੱਤੇ ਗੱਲਾਂ ਕਈਆਂ ਗਈਆਂ ਉਹ ਇੱਕ ਨਹੀਂ ਆ ਉਹ ਇੱਕ ਨਹੀਂ ਮੰਨਿਆ ਜਾ ਸਕਦਾ ਜੇ ਨਹੀਂ ਤਾਂ ਕਾਰਨ ਦੱਸੋ ਅੱਛਾ ਜੇ ਤੁਹਾਨੂੰ ਥੋੜਾ ਜਿਹਾ ਪ੍ਰਸ਼ਨ ਇਹ ਔਖਾ ਲੱਗੇ ਵੀ ਨਾ ਤਾਂ ਪੈਨਿਕ ਨਹੀਂ ਹੋਣਾ ਕੋਈ ਗੱਲ ਨਹੀਂ 10 ਨੰਬਰ ਦਾ ਪ੍ਰਸ਼ਨ ਆ ਰੋਮਾਂਟਿਕ ਪੰਜਾਬੀ ਕਾਹ ਪਰੰਪਰਾ ਉੱਤੇ ਤੁਸੀਂ ਪੜਿਆ ਹੋਇਆ ਆ ਕੁਛ ਨਾ ਕੁਛ ਤਾਂ ਲਿਖ ਕੇ ਆਉਂਗੇ ਤੇ ਕੋਸ਼ਿਸ਼ ਕਰੋ ਪ੍ਰਸ਼ਨ ਦੀ ਡਿਮਾਂਡ ਦੇ ਹਿਸਾਬ ਨਾਲ ਉਹਨੂੰ ਰਿਲੇਟ ਕਰੋ ਤੇ ਥੋੜੇ ਨੰਬਰ ਘਾਟ ਆ ਸਕਦੇ ਆ ਤਾਂ ਵੀ ਕੋਈ ਗੱਲ ਨਹੀਂ ਪਰ ਪੈਨਿਕ ਕਰਗੇ ਜੇ ਤੁਹਾਡੇ ਫਿਰ ਅਗਲੇ ਪ੍ਰਸ਼ਨ ਖਰਾਬ ਹੋ ਜਾਣਗੇ ਤੁਸੀਂ ਕਹਿਣਾ ਕਿ ਇਹ ਤਾਂ ਮੈਂ ਤਿਆਰੀ ਦੌਰਾਨ ਸਿੱਧਾ-ਸਿੱਧਾ ਟੌਪਿਕ ਕੀਤਾ ਹੀ ਨਹੀਂ ਕਿਉਂਕਿ ਜਦੋਂ ਅਸੀਂ ਤਿਆਰੀ ਕਰਦੇ ਆਂ ਤਾਂ ਜੇ ਦਾ ਮੰਨ ਲਓ ਰੋਮਾਂਟਿਸਿਜ਼ਮ ਪੜਿਆ ਰੋਮਾਂਟਿਕ ਕਵਿਤਾਵਾਂ ਬਾਰੇ ਪੜਿਆ ਤਾਂ ਅਸੀਂ ਮੇਨ-ਮੇਨ ਕਵੀਆਂ ਨੂੰ ਪੜ ਲੈਂਦੇ ਆ ਕਿ ਅਲੱਗ-ਅਲੱਗ ਕਵੀਆਂ ਨੇ ਕੀ-ਕੀ ਗੱਲਾਂ ਕਹੀਆਂ ਤੇ ਉਹਨਾਂ ਦੇ ਕੁਝ-ਕੁਝ ਕੋਟ ਯਾਦ ਕੀਤੇ ਹੁੰਦੇ ਆ ਇਹੀ ਆ ਕੋਟਿੰਗ ਵਾਲੇ ਵੀ ਇਹੀ ਗੱਲ ਕਰਾਉਂਦੇ ਸਾਨੂੰ ਤੇ ਅਸੀਂ ਤਿਆਰੀ ਵੀ ਕੁਛ ਇਸ ਹਿਸਾਬ ਨਾਲ ਹੀ ਕੀਤੀ ਹੁੰਦੀ ਆ ਪਰ ਹੁਣ ਇੱਥੇ ਅਸੀਂ ਆਪਣਾ ਦਿਮਾਗ ਲਗਾ ਕੇ ਥੋੜਾ ਰਿਲੇਟ ਕਰਨਾ ਆ ਤੇ ਪਹਿਲਾਂ ਤਾਂ ਰੋਮਾਂਟਿਕ ਕਵਿਤਾ ਵਾਲੇ ਕੁਛ ਲਿਖ ਦਿਓ ਜੀ ਇੱਕ ਅਧੀਨ ਲਾਈਨ ਨਾਲ ਇੰਟਰੋਡਕਸ਼ਨ ਦੇ ਦਿਓ ਜੋ ਵੀ ਤੁਸੀਂ ਉਹਦੇ ਬਾਰੇ ਕੁਛ ਲਾਈਨ ਜਾਣ ਜਾਣਦੇ ਆ ਜੀ ਜ਼ਰੂਰੀ ਨਹੀਂ ਜੋ ਮੈਂ ਲਿਖੀ ਲਾਈਨ ਤੁਸੀਂ ਵੀ ਉਹੀ ਲਿਖਣੀ ਆ ਕੋਈ ਇੱਕ ਸਤਰ ਲਿਖਦੇ ਹੋਏ ਗੱਲ ਨੂੰ ਸ਼ੁਰੂਆਤ ਕਰੋ ਗੱਲ ਦੀ ਰੋਮਾਂਟਿਕ ਕਵਿਤਾ 18ਵੀਂ ਸਦੀ ਤੇ ਬੁੱਧੀਵਾਦ ਦੇ ਖਿਲਾਫ ਇੱਕ ਪ੍ਰਤੀਕਰਮ ਸੀ ਮੈਂ ਇਹ ਲਾਈਨ ਲਿਖਤੀ ਜੀ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਆ ਕਿ ਰੋਮਾਂਟਿਕ ਕਵਿਤਾ ਵਿੱਚ ਸੱਚਾਈ ਜਾਂ ਯਥਾਰਥ ਦੀ ਬਜਾਏ ਕਲਪਨਾ ਜ਼ਿਆਦਾ ਹੁੰਦੀ ਹੈ ਇਹ ਲਾਈਨ ਲਿਖ ਸਕਦੇ ਆ ਰੋਮਾਂਟਿਕ ਕਵਿਤਾ ਵਿੱਚ ਯਥਾਰਥ ਦੀ ਬਜਾਏ ਕਲਪਨਾ ਜ਼ਿਆਦਾ ਹੁੰਦੀ ਹੈ ਅਸਤੇ ਨਾਲ ਨਾਲ ਇਸ ਦੇ ਕਈ ਹੋਰ ਵਿਚਾਰਧਾਰਕ ਅੰਛੇ ਵੀ ਹਨ ਇਸ ਤਰ੍ਹਾਂ ਲਿਖ ਸਕਦੇ ਤੁਸੀਂ ਜੀ ਫਿਰ ਉਹ ਕੀ ਅੰਛਾ ਉਹਨੂੰ ਤੁਸੀਂ ਐਕਸਪਲੇਨ ਕਰ ਦੇਣਾ ਮੀ ਹਾਂ ਵੀ ਇੱਕ ਵਿਚਾਰਧਾਰਕ ਅੰਛ ਨਹੀਂ ਆ ਕਈ ਆ ਤਾਂ ਜਿਹੜੇ ਜਿਹੜੇ ਵਿਚਾਰਧਾਰਕ ਅੰਛਾ ਉਹ ਤੁਸੀਂ ਐਕਸਪਲੇਨ ਲਿਖਦੇ ਨੇ ਜੀ ਬੜੇ ਹੀ ਕੰਸਾਈਜ਼ ਜੇ ਲਿਖਦੇ ਨੇ ਇੱਕ ਪੈਰਾ ਲਿਖ ਦੇਣਾ ਕਾਮੇ ਪਾਪ ਆ ਕੇ ਜੋ ਜੋ ਤੁਸੀਂ ਪੜਿਆ ਬੜਾ ਹੀ ਉਹਦਾ Saar ਲਿਖਣਾ ਜੀ ਕਾਮੇ ਪਾਪ ਆ ਕੇ ਕਿ ਆਹਾਂ ਗੱਲਾਂ ਕਈਆਂ ਗਈਆਂ ਆ ਫਿਰ ਤੁਸੀਂ ਇੱਕ ਦੋ ਕੋਟ ਦੇ ਦੇਣੇ ਆ ਜੀ ਕੋਟ ਕਿਹੜੀ ਕਵਿਤਾ ਵਿੱਚੋਂ ਲੈ ਗਏ ਆ ਉਹ ਸ਼ਾਇਦ ਤੁਹਾਨੂੰ ਨਾ ਯਾਦ ਰਹੇ ਰਾਈਟਰ ਦਾ ਨਾਮ ਲਿਖ ਦਿਓ ਜੀ ਓਕੇ ਇਹ ਗੱਲ ਨਾ ਕਹਿਣ ਦੀ ਬਹੁਤੀ ਲੋੜ ਨਹੀਂ ਕਿ ਮੋਹਨ ਸਿੰਘ ਆਹਾ ਆਹ ਗੱਲਾਂ ਕਹਿੰਦਾ ਹੈ ਕਿਉਂਕਿ ਜੇ ਤੁਸੀਂ ਇਦਾਂ ਇਸ ਤਰ੍ਹਾਂ ਐਕਸਪਲੇਨ ਕਰਨ ਲੱਗ ਗਏ ਤਾਂ ਫਿਰ ਆਂਸਰ ਲੰਬਾ ਹੋ ਜਾਣਾ ਆ ਤੁਹਾਡਾ ਟਾਈਮ ਜ਼ਿਆਦਾ ਲੱਗ ਜਾਣਾ ਆ ਓਕੇ ਇੱਕ ਦੋ ਕੋਟ ਦੇ ਦਿੱਤੇ ਜੀ ਠੀਕ ਹੈ ਜੀ ਫਿਰ ਕੁਝ ਗੱਲਾਂ ਕਹਿਣੀਆਂ ਤੇ ਆਪਣਾ ਇੱਕ ਦੋ ਕੋਟ ਦੇ ਦੇਣੇ ਠੀਕ ਤੇ ਐਂਡ ਵਿੱਚ ਲਿਖ ਦੇਣਾ ਹਾਂ ਜੀ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਵੱਖ-ਵੱਖ ਵਿਚਾਰਧਾਰਾਏ ਅੰਸ਼ ਮਿਲ ਕੇ ਰੋਮਾਂਸਵਾਦੀ ਪੰਜਾਬੀ ਕਵਿਤਾ ਦੀ ਪਰੰਪਰਾ ਦਾ ਨਿਰਮਾਣ ਕਰਦੇ ਹਨ ਜਾਂ ਕਈ ਪ੍ਰਕਾਰ ਦੇ ਕਈ ਵਿਚਾਰਧਾਰਾਏ ਅੰਸ਼ ਰੋਮਾਂਸਵਾਦੀ ਪੰਜਾਬੀ ਕਵਿਤਾ ਵਿੱਚ ਮਿਲਦੇ ਹਨ ਇਸ ਤਰ੍ਹਾਂ ਤੁਸੀਂ ਇੱਕ ਲਾਈਨ ਦਾ ਸਾਰ ਲਿਖ ਦੇਣਾ ਸਾਰ ਵਿੱਚ ਜੋ ਤੁਸੀਂ ਯਾਦ ਕੀਤਾ ਆ ਰੋਮਾਂਸਵਾਦੀ ਕਵਿਤਾ ਵਿੱਚ ਕਿ ਰੋਮਾਂਸਵਾਦੀ ਕਵਿਤਾ ਦਾ ਉਭਗਟਨ ਹੋਣ ਲੱਗ ਗਿਆ ਬਾਅਦ ਵਿੱਚ ਪ੍ਰਗਤੀਵਾਦੀ ਕਵਿਤਾ ਦਾ ਉਭਾਰ ਹੋਣ ਲੱਗ ਗਿਆ ਉਹ ਗੱਲਾਂ ਉਹ ਗੱਲਾਂ ਸਾਡੇ ਪ੍ਰਸ਼ਨ ਦੀ ਡਿਮਾਂਡ ਵਿੱਚ ਨਹੀਂ ਹੈ ਤਾਂ ਇਸ ਲਈ ਜੋ ਡਿਮਾਂਡ ਹੈ ਕਿ ਹਾਂ ਵੀ ਇਹਦੇ ਵਿੱਚ ਕਿੰਨੇ ਪ੍ਰਕਾਰ ਦੇ ਵਿਚਾਰ ਧਾਰਾ ਇੰਚ ਹੈਗੇ ਆ ਉਹਦੀ ਇੱਕ ਅਧੀਨ ਲਾਈਨ ਲਿਖ ਕੇ ਕੰਕਲੂਡ ਕਰ ਦੇਣਾ ਤੇ ਲੀਕ ਮਾਰ ਦੇਣੀ ਇਹ ਕੁਝ ਗੱਲਾਂ ਆ ਜੋ ਤੁਹਾਡੇ ਦਿਮਾਗ ਵਿੱਚ ਆਉਣੀਆਂ ਚਾਹੀਦੀਆਂ ਜੀ ਜਦੋਂ ਤੁਸੀਂ ਆਨਸਰ ਲਿਖਣਾ ਹੋ ਸਕਦਾ ਕਿ ਮੈਂ ਜੋ ਗੱਲਾਂ ਲਿਖੀਆਂ ਇਹ ਸੈਂਪਲ ਆਨਸਰ ਵਿੱਚ ਤੁਹਾਡੇ ਕੋਲ ਇਸ ਤੋਂ ਵੀ ਵਧੀਆ ਗੱਲਾਂ ਹੋਣ ਹੋਵੇ ਤੁਸੀਂ ਉਹ ਉਹ ਲਿਖ ਸਕਦੇ ਹੋ ਠੀਕ ਹੈ ਮੈਂ ਬਸ ਤੁਹਾਨੂੰ ਇੱਕ ਸਟਰਕਚਰ ਜੀ ਦੇ ਰਿਹਾ ਜੀ ਮੇਨ ਮੇਨ ਜੀ ਹੁਣ ਆਪਾਂ ਪੜ ਲੈਂਦੇ ਆ ਠੀਕ ਅੱਛਾ ਇੱਕ ਤੋਂ ਲੈਣਾ ਦੀ ਇਨਟਰੋਡਕਸ਼ਨ ਜੀ ਦੇ ਕੇ ਫਿਰ ਸਿੱਧਾ ਆਨਸਰ ਦੀ ਉੱਤਰ ਦੀ ਡਿਮਾਂਡ ਵੱਲ ਆ ਜਾਣਾ ਵੀ ਇਹਦੇ ਵਿੱਚ ਕੋਈ ਇੱਕ ਵਿਚਾਰ ਧਾਰਕ ਕੇਂਦਰ ਨਹੀਂ ਆ ਹਉ ਜੀ ਹੁਣ ਦੇਖਦੇ ਆ ਜੀ ਕੀ ਆ ਰੋਮਾਂਟਿਕ ਕਵਿਤਾ ਦੇ ਵਾਕ ਵਾਕ ਵਿਚਾਰ ਧਾਰਕ ਕੇਂਦਰ ਹਨ ਇਹਨਾਂ ਵਿੱਚ ਸ਼ਾਮਿਲ ਹੈ ਦੇਖੋ ਜੀ ਜੋ ਜੋ ਟੌਪਿਕ ਆ ਜੋ ਜੋ ਵਿਚਾਰਤਾਵਾ ਵਿਚਾਰਤਾਵਾ ਉਹ ਤੁਸੀਂ ਹੁਣ ਲਿਖ ਦੇਣੀਆਂ ਕੀ ਕੀ ਹੈ ਜੀ ਕਲਪਨਾ ਦੀ ਬਹੁਤਾਤ ਤੇ ਜਥਾਰਥ ਭਾਵ रियलिटी ਉਸਦੀ ਕਾਟ ਜਜਬੀਆਂ ਦਾ ਦਿਲਾਂ ਦੀ ਦਿਲਾਂ ਦਾ ਜੋ ਹੈ ਅੰਦਰਲਾ ਭਾਵ ਉਹਨਾਂ ਦਾ ਖੁੱਲਾ ਪ੍ਰਗਟਾਉ ਕਰੋ ਪਿਆਰ ਦਾ અતੇ ਅਤਿਅੰਤ ਨਿੱਜੀ ਅਹਿਸਾਸ ਪਿਆਰ ਦੀ ਪੇਚਕਾਰੀ ਬੜੀ ਹੋਈ ਆ ਹੁਣ ਪਿਆਰ ਨਿੱਜੀ ਪਿਆਰ ਹੋ ਸਕਦਾ ਦੇਸ਼ ਪਿਆਰ ਹੋ ਸਕਦਾ ਹਨ ਇਹ ਪਿਆਰ ਕਿਸੇ ਨਾਇਕ ਪ੍ਰਤੀ ਪਿਆਰ ਹੋ ਸਕਦਾ ਕਿਸੇ ਧਾਰਮਿਕ ਨਾਇਕ ਪ੍ਰਤੀ ਪਿਆਰ ਹੋ ਸਕਦਾ ਕੋਈ ਕਿਸੇ ਮਸੀਹੇ ਪ੍ਰਤੀ ਪਿਆਰ ਹੋ ਸਕਦਾ ਅੱਛਾ ਪਰ ਇਹ ਮੇਨ ਗੱਲ ਕੀ ਆ ਅੱਤੇ ਅੰਦਰ ਨਿੱਜੀ ਅਹਿਸਾਸ ਪਰਸਨਲ ਪਿਆਰ ਨਾਲ ਕੁਝ ਜ਼ਿਆਦਾ ਹੀ ਉਹ ਹੁੰਦਾ ਜੀ ਹਾਵੀ ਇਹਨਾਂ ਤੇ ਆਪਣੀਆਂ ਫੀਲਿੰਗਸ ਬੜੀਆਂ ਹਾਵੀ ਹੁੰਦੀਆਂ ਸਾਹਿਤਿਕ ਨਿਯਮਾਂ ਦਾ ਵਿਰੋਧ ਇਹ ਕੋਈ ਰੂਲ ਨ ਰੈਗੂਲੇਸ਼ਨਸ ਨੂੰ ਨਹੀਂ ਮੰਨਣਾ ਚਾਹੁੰਦੇ ਇਹ ਕਹਿੰਦੇ ਜੋ ਸਾਡੇ ਮਨ ਵਿੱਚ ਆਸੀ ਉਹ ਲਿਖੀਏ ਅਸੀਂ ਸਾਹਿਤ ਦੇ ਉੱਤੇ ਜਿਹੜੇ ਜੋ ਵਿਦਵਾਨਾਂ ਨੇ ਕਿਹਾ ਕਿ ਸਾਹਿਤ ਦੇ ਆਹਾਂ ਨਿਯਮ ਹੁੰਦੇ ਆ ਕਵਿਤਾ ਦੇ ਆਹ ਨਿਯਮ ਗੱਦ ਦੇ ਆਹ ਨਿਯਮ ਇਹ ਨਿਯਮਾਂ ਦਾ ਵਿਰੋਧ ਕਰਦੇ ਆ ਸਾਹਿਤ ਦਾਵੀ ਸਾਹਿਤਿਕ ਨਿਯਮਾਂ ਦਾ ਵੀ ਵਿਰੋਧ ਕਰਦੇ ਆ ਸੱਭਿਆਚਾਰਕ ਬੰਦਨਾ ਦਾ ਵੀ ਵਿਰੋਧ ਕਰਦੇ ਆ ਖੁੱਲਾਪਨ ਚਾਹੁੰਦੇ ਆ ਮੇਰਾ ਮੀਨ ਇਹ ਤੁਹਾਨੂੰ ਇਥੇ ਸਮਝਾਉਣਾ ਨਹੀਂ ਬਸ ਇਹ ਦੱਸਣਾ ਆ ਕਿ ਆਨਸਰ ਕਿੱਦਾਂ ਲਿਖਣਾ ਆ ਜੋ ਜੋ ਗੱਲਾਂ ਆ ਉਹ ਤੁਸੀਂ ਸਾੜ ਚ ਪੰਜ ਛੇ ਗੱਲਾਂ ਲਿਖ ਕੇ ਹੁਣ ਸਾਰੀਆਂ ਗੱਲਾਂ ਕੌਮੀ 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 ਪਾ ਕੇ ਪੂਰਾ ਪੇਜ ਨਹੀਂ ਪੜਨਾ ਅਧੀਆਂ ਇੱਕ ਗੱਲਾਂ ਲਿਖ ਕੇ ਪੈਰਾ ਜਾਂ ਕੰਪਲੀਟ ਕਰ ਦੇਣਾ ਜੀ ਸਾਹਿਤਿਕ ਨਿਯਮਾਂ ਦਾ ਵਿਰੋਧ ਗਾਧਾ ਤੇ ਕਾਬ ਵਿੱਚਕਾਰ ਸਪਸ਼ਟਨ ਹੀੜਾ ਨਹੀਂ ਕਰਦੇ ਜੀ ਇਸ ਤਰ੍ਹਾਂ ਕੁਝ ਗੱਲਾਂ ਲਿਖ ਲਈਆਂ ਤੁਹਾਨੂੰ ਲੱਗਾ ਕਿ ਇੱਕ ਪੈਰਾ ਹੋ ਗਿਆ ਸਟਾਪ ਕਰ ਦਿਓ ਫਿਰ ਤੁਸੀਂ ਇੱਕ ਦੋ ਦੋ ਕੋਟ ਦੇ ਦਿਓ ਜੀ ਫਿਰ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਮੈਂ ਨਾ ਮਰਦੀ ਇਹ ਕੀ ਹੋ ਗਿਆ ਜੀ ਪਿਆਰ ਦੀ ਗੱਲ ਆ ਗਈ ਇਹਦੇ ਵਿੱਚ ਓਕੇ ਆ ਦੇਖੋ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਆ ਮੇਰੀ ਜਿੰਦੇ ਤੇਰਾ ਥਾਂ ਕਿਸੇ ਨਦੀ ਕਿਨਾਰੇ ਤੇਰਾ ਥਾਂ ਕਿਸੇ ਜੰਗਲ ਬੇਲੇ ਨਦੀ ਕਿਨਾਰੇ ਜੰਗਲ ਬੇਲੇ ਇਹ ਕੀ ਹੈ ਜੀ ਇਹ ਕੁਦਰਤ ਵੱਲ ਜਾਣਾ ਚਾਹੁੰਦਾ ਇਨਸਾਨ ਕੁਦਰਤ ਵੱਲ ਜਾਣਾ ਚਾਹੁੰਦਾ ਆ ਸੰਸਾਰਿਕ ਸੱਭਿਆਚਾਰਿਕ ਬੰਧਨਾਂ ਤੋਂ ਦੂਰ ਕੁਦਰਤ ਵੱਲ ਜਾਣਾ ਚਾਹੁੰਦਾ ਇਨਸਾਨ ਸਾਰਾ ਵਿਆਖਿਆ ਕਰਨ ਦੀ ਲੋੜ ਨਹੀਂ ਮੇਨ ਗੱਲਾਂ ਕਹਿ ਰਹੀਆਂ ਦੋ ਕੋ ਕੋਟ ਦੇ ਤੇ ਠੀਕ ਰੋਮਾਂਟਿਕ ਅਪੀ ਕੁਦਰਤ ਦੇ ਦ੍ਰਿਸ਼ ਚਿੱਤਰਣ ਨੇਚਰ ਦੀ ਉਹਦੀ ਪਿਕਚਰ ਪ੍ਰੈਜੈਂਟ ਕਰਨੀ ਗਿਆਨ ਬੁੱਧੀ ਨਾਲੋਂ ਬਲਵਲੇ ਨੂੰ ਤਰਜੀਹ ਦਿੰਦੇ ਹਨ ਦੇਖ ਨਾ ਕੋਮੇ ਕੋਮੇ ਪਾ ਕੇ ਹੁਣ ਮੈਂ ਇਦਾਂ ਨਹੀਂ ਲਿਖਿਆ ਕਿ ਉਹ ਕੁਦਰਤ ਚਿੱਤਰਣ ਤੇ ਜੋੜ ਦਿੰਦੇ ਆ ਉਹ ਗਿਆਨ ਤੇ ਬੁੱਧੀ ਨਾਲ ਬਲਵਲੇ ਨੂੰ ਤਰਜੀਹ ਦਿੰਦੇ ਆ ਇਹਦਾ ਸੈਂਟੈਂਸ ਲੰਬੇ ਹੋ ਜਾਣੇ ਦੋ ਗੱਲਾਂ ਕੌਮੇ ਪਾ ਕੇ ਲਿਖਤੀਆਂ ਓਕੇ ਜੀ ਹੋਰ ਕੀ ਹੈ ਜੀ ਦੇਖੋ ਕਵੀ ਨਿੱਜੀ ਸ਼ਖਸੀਅਤ ਨੂੰ ਅਭਿਵਿਅਕਤ ਕਰਦਾ ਹੈ ਆਪਣੀ ਪਰਸਨਲ ਪਰਸਨੈਲਿਟੀ ਨੂੰ ਅਭਿਵਿਅਕਤ ਕਰਦਾ ਆਪਾਂ ਉਹਦਾ ਬਹੁਤ ਭਾਰੀ ਹੁੰਦਾ ਜੀ ਇਹ ਕਵਿਤਾ ਵਿੱਚ ਨਾਇਕ ਇੱਕ ਅਜੇਹਾ ਇਕੱਲਾ ਆਦਮੀ ਹੁੰਦਾ ਹੈ ਜੋ ਕਿਸੇ ਅਸੰਭਵ ਲਕਸ਼ ਦੇ ਪ੍ਰਾਪਤੀ ਲਈ ਝਟਕ ਰਿਹਾ ਹੈ ਓਕੇ ਹੁਣ ਦੇਖੋ ਮੈਂ ਇਹ ਗੱਲ ਕਹੀ ਕਿ ਬੁੱਧੀ ਨਾਲੋਂ ਬਲਵਲੇ ਨੂੰ ਤਰਜੀ ਇਹ ਗੱਲ ਕਹਿ ਕੇ ਮੈਂ ਕੋਟ ਨਹੀਂ ਲਿਖਿਆ ਮੈਂ ਗੱਲਾਂ ਤਿੰਨ ਚਾਰ ਗੱਲਾਂ ਕਹਿਤੀਆਂ ਫਿਰ ਦੋ ਕੋਟ ਦੇ ਦੋ ਠੀਕ ਹੈ ਜੀ ਦੋ ਕੋਟ ਦੇ ਦੋ ਜਿੰਨਾ ਉਚਾਈਆਂ ਉਤੇ ਬੁੱਧੀ ਖੰਭ ਸਾਡ ਡੱਠੇ ਮੱਲੋ ਮੱਲੇ ਦਿਲ ਉਤੇ ਮਾਰਦਾ ਉਡਾਰੀਆਂ ਵੀ ਜਿੱਥੇ ਜਿੱਥੇ ਬੁੱਧੀ ਬੁੱਧੀ ਦੇ ਖੰਭ ਸੜ ਜਾਣ ਜਿੱਥੇ ਬੁੱਧੀਆਂ ਦੀ ਗੱਲਾਂ ਨਾ ਹੋਵੇ ਗਿਆਨ ਦੀ ਗੱਲ ਨਾ ਹੋਵੇ ਬਲਵਲੇ ਦੀ ਗੱਲ ਹੋਵੇ ਮੇਰਾ ਦਿਲ ਉੱਥੇ ਜਾਣਾ ਚਾਹੁੰਦਾ ਹੈ ਭਾਈ ਵੀਰ ਸਿੰਘ ਕਹਿੰਦੇ ਆ ਜੀ ਤੇ ਰੋਮਾਂਟਿਕ ਕਵੀ ਇਹਨਾਂ ਦਾ ਅਤੀਤ ਪ੍ਰਤੀ ਵੀ ਬੇਲੋੜਾ ਮੋਹ ਹੁੰਦਾ ਆ ਇਹਨਾਂ ਨੂੰ ਲੱਗਦਾ ਕਿ ਅੱਜ ਦੇ ਸਿਸਟਮ ਵਿੱਚ ਬਹੁਤ ਖਰਾਬੀਆਂ ਆ ਪਹਿਲਾਂ ਸਮੇਂ ਸਹੀ ਸੀ ਪਹਿਲਾਂ ਸਮੇਂ ਸਹੀ ਸੀ ਤਾਂ ਇਹਨਾਂ ਨੂੰ ਅਤੀਤ ਪ੍ਰਤੀ ਬਹੁਤ ਮੋਹ ਹੁੰਦਾ ਆ ਆ ਦੇਖੋ ਜੀ ਮੋਹਨ ਸਿੰਘ ਕੀ ਕਹਿੰਦੇ ਆ ਛਤੋਂ ਮਾਈ ਦੀਆਂ ਗਾਲਾਂ ਸੰਨ ਦਿਉ ਦੁੱਧ ਕਿਉਂ ਆਉਂਦੀਆਂ ਨਾਲਾਂ ਠੀਕ ਆ ਨਾ ਪਹਿਲਾਂ ਦੀ ਗੱਲਾਂ ਕਰ ਰਿਹਾ ਮੋਹਨ ਸਿੰਘ ਹੁਣ ਆ ਵਾਲੀ ਗੱਲ ਆ ਵਾਲੀ ਗੱਲ ਤੁਸੀਂ ਇੱਥੇ ਲਿਖ ਲਿਖ ਸਕਦੇ ਸੀ ਜੀ ਇੱਥੇ ਇੱਥੇ ਲਿਖ ਕੇ ਫਿਰ ਦੋ ਤਿੰਨ ਕੋਟ ਦੇ ਦਿੰਦੇ ਹੁਣ ਇੱਕ ਗੱਲ ਇੱਕ ਲਾਈਨ ਲਿਖ ਕੇ ਕੋਟ ਦੇਣਾ ਥੋੜਾ ਚੱਜਦਾ ਨਹੀਂ ਪਰ ਕਿਉਂਕਿ ਮੈਨੂੰ ਇਹ ਗੱਲ ਬਾਅਦ ਵਿੱਚ ਯਾਦ ਆਈ ਪਰ ਮੈਂ ਬਾਅਦ ਵਿੱਚ ਲਿਖਤੀ ਸਪੇਸ ਸੀਗੀ ਮੇਰੇ ਕੋਲ ਤਾਂ ਮੈਂ ਬਾਅਦ ਵਿੱਚ ਵੀ ਇਹ ਗੱਲ ਲਿਖਤੀ ਤਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਬਾਅਦ ਵਿੱਚ ਯਾਦ ਆਈ ਜਾਂ ਉਸ ਨਾਲ ਲਿਖ ਦਿਓ ਜੀ ਕਾਂਝੇ ਮਾਝੇ ਨਹੀਂ ਮਾਰਨੇ ਦੋ ਪੇਜ ਪੂਰੇ ਭਰਨੇ ਆ 150 ਸ਼ਬਦਾਂ ਨੂੰ ਤੁਸੀਂ ਕਰਾਸ ਨਹੀਂ ਕਰਨਾ ਦੇਖੋ 150 ਸ਼ਬਦ ਉਹਨਾਂ ਨੇ ਮੈਂਸ਼ਨ ਕੀਤੇ ਆ ਪਰ ਤੁਸੀਂ 150 ਸ਼ਬਦਾਂ ਦੇ ਅੰਦਰ ਅੰਦਰ ਹੀ ਰਹਿਣਾ ਆ ਆਪਣੇ ਅੰਦਰ ਜੋ ਤੁਹਾਡੇ ਅੰਦਰ ਦੋ ਤੁਸੀਂ ਪੜਿਆ ਆ ਸਾਰੀਆਂ ਗੱਲਾਂ ਨਹੀਂ ਲਿਖਣ ਬੈ ਜਾਣਾ ਇਹ ਨਾਲ ਇਸ ਨਾਲ ਗਲਤ ਪ੍ਰਭਾਵ ਪੈਂਦਾ ਆ ਠੀਕ ਮੈਂ ਤੁਸੀਂ ਮੋਟਾ-ਮੋਟਾ ਲਿਖ ਕੇ ਸਪੇਸ ਭਰਨੀ ਆ ਇੰਟਰੋਡਕਸ਼ਨ ਦੇਣੀ ਆ ਮੇਨ ਗੱਲ ਤੇ ਆਉਣਾ ਆ ਕੌਮੇ ਪਾਪ ਆ ਕੇ ਗੱਲ ਲਿਖ ਦੇਣੀ ਆ ਇੱਕ ਦੋ ਕੋਟ ਦੇਣੇ ਆ ਫਿਰ ਅਗਲੇ ਪੈਰੇ ਤੇ ਗੱਲ ਲਿਖਣੀ ਆ ਇੱਕ ਦੋ ਸਤਨਾ ਕਵਿਤਾਆਂ ਦੀਆਂ ਲਿਖ ਦੇਣੀਆਂ ਉਦਾਹਰਣ ਦੇਂਦੇ ਹੋਏ ਓਕੇ ਜੋ ਤੁਹਾਨੂੰ ਮੈਂ ਦੱਸਿਆ ਨਾ ਸਾਰਾ ਜੋ ਜਾਤ ਗੀਤਾ ਉਹ ਸਾਰਾ ਨਹੀਂ ਲਿਖਣ ਬੈ ਜਾਣਾ ਹੁਣ ਅਸੀਂ ਇੱਥੇ ਅਮਰਤਾ ਪ੍ਰੀਤਮ ਦੀ ਗੱਲ ਨਹੀਂ ਕੀਤੀ ਕਿਉਂਕਿ ਸਪੇਸ ਨਹੀਂ ਸੀ ਤੁਸੀਂ ਕਰ ਸਕਦੇ ਆ ਤੁਸੀਂ ਮੰਨ ਲਓ ਕਿ ਆਹ ਵਾਲੀ ਗੱਲ ਨਾ ਲਿਖੇ ਠੀਕ ਹੈ ਤੁਸੀਂ ਅਮਰਤਾ ਪ੍ਰੀਤਮ ਦੀਆਂ ਇੱਕ ਦੋ ਗੱਲਾਂ ਲਿਖ ਸਕਦੇ ਆ ਮੇਨ ਗੱਲਾਂ ਅਸੀਂ ਦੋ ਪੇਜ ਪੜਨੇ ਆ ਤੁਸੀਂ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਗੱਲਾਂ ਲਿਖ ਸਕਦੇ ਆ ਓਕੇ ਤੇ ਫਿਰ ਐਂਡ ਵਿੱਚ ਲਿਖ ਦਿਓ ਜੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਕ ਵਕ ਵਿਚਾਰਤਾ ਰਹੀ ਅੰਜ ਮਿਲ ਕੇ ਰੋਮਾਂਸ ਵਾਲੀ ਪੰਜਾਬੀ ਕਵਿਤਾ ਦੀ ਪਰੰਪਰਾ ਦਾ ਨਿਰਮਾਣ ਕਰਦੇ ਹਨ ਜੋ ਅਸੀਂ ਪੜਿਆ ਉਹਦਾ ਸਾਰ ਦੇ ਦੋ ਜੀ ਇੱਥੇ ਜੋ ਅਸੀਂ ਆਨਸਰ ਸੀ ਲਿਖਿਆ ਉਹਦਾ ਸਾਰ ਇੱਥੇ ਕਨਕਲੂਡ ਕਰ ਦੋ ਜੀ ਓਕੇ ਅੱਛਾ ਹੁਣ ਇੱਕ ਜੋ ਤੁਸੀਂ ਲਿਖੋਗੇ ਨਾ ਹੁਣ ਦੇਖੋ ਤੁਸੀਂ ਜੀਐਸ ਦੇ ਪੇਪਰ ਵੀ ਦਿੰਨੇ ਆ ਜੀਐਸ ਵਿੱਚ ਕੀ ਹੈ ਜੀ ਤੁਸੀਂ ਸਿੰਪਲ ਇੱਕ ਇੰਟਰੋਡਕਸ਼ਨ ਲਿਖਤੀ ਫਿਰ ਬੁਲੇਟ ਪੁਆਇੰਟ ਚ ਆਨਸਰ ਲਿਖਤੀ ਤੇ ਹੀ ਕਨਕਲੂਡ ਕਰ ਦੋ ਜਾਂ ਤੁਸੀਂ ਸਿੰਪਲ ਇੱਕ ਮੈਪ ਜਾਂ ਬਣਾ ਕੇ ਉਹਦੇ ਐਂ ਤੀਰ ਪਾ ਪਾ ਕੇ ਕਿਸੇ ਤਰ੍ਹਾਂ ਵੀ ਆਨਸਰ ਦੇ ਦਿੰਨੇ ਆ ਪਰ ਸਾਰੇ ਦੇ ਵਿੱਚ ਇਸ ਤਰ੍ਹਾਂ ਨਹੀਂ ਆਨਸਰ ਦੇਣਾ ਸਾਹਿਤ ਵਿੱਚ ਹਾਂ ਦੇਖੋ ਅਸੀਂ ਬੁਲੇਟ ਪੁਆਇੰਟ ਨਹੀਂ ਲਿਖੇ ਲਿਖ ਸਕਦੇ ਸੀ ਸਾਰੇ ਕੋ ਪੁਆਇੰਟ ਸੀਗੇ ਆ ਜਿਹੜੇ ਪੁਆਇੰਟ ਆ ਇਹ ਤੁਸੀਂ ਬੁਲੇਟ ਪੁਆਇੰਟ ਵਿੱਚ ਵੀ ਲਿਖ ਸਕਦੇ ਸੀ ਠੀਕ ਹੈ ਪਰ ਆਮ ਤੌਰ ਤੇ ਮੰਨਿਆ ਜਾਂਦਾ ਕਿ ਸਾਹਿਤ ਵਿੱਚ ਇਸ ਤਰ੍ਹਾਂ ਨਹੀਂ ਲਿਖਣਾ ਗ੍ਰਾਮਰ ਦੇ ਕੁਝ ਪੋਰਸ਼ਨ ਵਿੱਚ ਤੁਸੀਂ ਬੁਲੇਟ ਪੁਆਇੰਟ ਵਗੈਰਾ ਲਿਖ ਸਕਦੇ ਆ ਪਰ ਸਾਹਿਤ ਵਿੱਚ ਤੁਸੀਂ ਗੱਲਾਂ ਪੈਰਿਆ ਚ ਲਿਖਣੀਆਂ ਠੀਕ ਹੈ ਜੀ ਗੱਲਾਂ ਪੈਰਿਆ ਚ ਲਿਖਣੀਆਂ ਕੋਸ਼ਿਸ਼ ਕਰਨੀਆਂ ਪੈਰਿਆਂ ਵਿੱਚ ਲਿਖੀਏ ਮੈਂ ਡਵਾਈਸ ਕਰਦਾ ਦੇਖੋ ਕੁਝ ਇੰਟਰੋਡਕਸ਼ਨ ਦਿੱਤੀ ਠੀਕ ਹੈ ਜੀ ਫਿਰ ਸਿੱਧਾ ਲੈ ਜਾਓ ਜੀ ਸਾਡਾ ਆਨਸਰ ਕੀ ਆ ਤੇ ਉਸ ਆਨਸਰ ਬਾਰੇ ਗੱਲਾਂ ਲਿਖੀਆਂ ਜੀ ਕੌਮੇ ਪਾ ਪਾ ਕੇ ਜਿੰਨਾ ਮੈਟਰ ਹੈਗਾ ਯਾ ਦੇਖੋ ਜੀ ਕਲਪਨਾ ਦੀ ਗੱਲ ਹੋਈ ਆ ਜਥਾਰਤ ਦੀ ਘਾਟ ਆ ਜਜਬਿਆਂ ਜਜਬਿਆਂ ਦਾ ਪ੍ਰਗਟਾਵਾ ਤੇ ਪਿਆਰ ਦਾ ਨਿੱਜੀ ਅਹਿਸਾਸ ਸਾਹਿਤਿਕ ਨਿਯਮਾਂ ਦਾ ਵਿਰੋਧ ਗੱਦ ਅਤੇ ਕਾਬ ਵਿਚਕਾਰ ਸਪਸ਼ਟ ਨਿਖੇੜਾ ਨਹੀਂ ਕਰਦੇ ਇਸ ਤਰ੍ਹਾਂ ਦੀ ਗੱਲਾਂ ਲਿਖਤੀਆਂ ਜੀ ਇੱਕ ਪੈਰਾ ਮੈਨੂੰ ਲੱਗ ਗਿਆ ਕਿ ਹਾਂ ਇੰਨਾ ਕਹੇਗਾ ਸਟਾਪ ਕੀਤਾ ਤੇ ਦੋ ਕੋਟ ਦੇ ਦਿੱਤੇ ਰਾਈਟਰਾਂ ਦੇ ਨਾਮ ਬ੍ਰੈਕਟ ਵਿੱਚ ਪਾਤੇ ਜੀ ਖੁੱਲਾ ਖੁੱਲਾ ਲਿਖਣਾ ਮੋਟਾ ਮੋਟਾ अच्छा जी फिर ਇਸ ਤਰ੍ਹਾਂ ਦੀ ਕੁਝ ਗੱਲਾਂ ਲਿਖੋ ਜੀ ਕਿ ਕੁਦਰਤ ਦ੍ਰਿਸ਼ਟਾ ਵਰਣਨ ਕਰਦੇ ਆ ਬੁੱਧੀ ਨਾਲੋਂ ਬਲਬਲੇ ਨੂੰ ਤਰਜੀਹ ਦਿੰਦੇ ਆ ਜੀ ਨੀਜੀ ਸ਼ਖਸੀਅਤ ਨੂੰ ਅਭਿਵਿਅਕਤ ਕਰਦਾ ਕਵੀ ਤੇ ਜੋ ਗੱਲਾਂ ਹੈਗੀਆਂ ਉਹ ਲਿਖ ਕੇ ਜੀ ਫਿਰ ਦੋ ਕੋਟ ਦੇ ਦਿਓ ਜੀ ਓਕੇ ਇਸ ਤਰ੍ਹਾਂ ਨਹੀਂ ਕਾੜਨਾ ਕਿ ਜਦੋਂ ਹੁਣ ਆ ਕੋਟ ਆ ਪਹਿਲਾਂ ਤੁਸੀਂ ਦੋ ਕੋਟ ਲੈਣਾ ਲਿਖ ਕੇ ਹਨਾ ਇਹਨਾਂ ਇਹਨਾਂ ਕੋਟਾਂ ਦਾ ਸਾਰ ਲਿਖੋ ਫਿਰ ਕੋਟ ਲਿਖੋ ਫਿਰ ਆ ਕੋਟ ਕੀ ਕਹਿੰਦਾ ਜੀ ਇਹ ਗੱਲਾਂ ਕਹਿ ਕੇ ਫਿਰ ਕੋਟ ਲਿਖੋ ਨਾ ਨਾ ਫਿਰ ਬਹੁਤ ਲੰਬਾ ਹੋ ਜਾਣਾ ਸਿੰਪਲ ਕੌਮ ਵਿੱਚ ਮੀਨਿੰਮ ਗੱਲ ਕਹਿ ਤੀ ਤਾਂ ਦੋ ਕੋਟ ਦੇ ਦੋ ਜੋ ਜੋ ਗੱਲਾਂ ਕਹੀਆਂ ਆ ਉਹ ਸਾਰਿਆਂ ਦੇ ਕੋਟ ਨਹੀਂ ਦੇਣੇ ਇਹ ਵੀ ਯਾਦ ਰੱਖਣਾ ਗੱਲਾਂ ਬਤਵਾਦ ਸੁਣੀਆਂ ਵੀ ਕੀ ਕੀ ਮੈਟਰ ਹੈਗਾ ਆ ਕੋਟ ਦੋ ਦੋ 1 2 1 2 ਦੇ ਦੇਣੇ ਬਸ ਠੀਕ ਹੈ ਜੀ ਫਿਰ ਐਂਡ ਇਚ ਕੰਕਲੂਡ ਕਰ ਦੇਣਾ ਜੇ ਕੁਝ ਕਮੀ ਪੇਸ਼ੀ ਹੋਈ ਤਾਂ ਵੀ ਕੋਈ ਟੈਨਸ਼ਨ ਨਹੀਂ ਕਿਉਂਕਿ ਇਹ ਸਿਰਫ 10 ਨੰਬਰ ਦਾ ਪ੍ਰਸ਼ਨ ਆ ਜੀ 10 ਨੰਬਰ ਦਾ ਪ੍ਰਸ਼ਨ ਆ ਤੇ ਤੁਸੀਂ ਇਹਦੇ ਵਿੱਚ ਸਾਰੀ ਏਨਰਜੀ ਨਹੀਂ ਲਾ ਲੈਣੀ ਮੈਨੇਜਮੈਂਟ ਵੀ ਬਹੁਤ ਇੰਪੋਰਟੈਂਟ ਚੀਜ਼ ਆ ਜੀ ਕਿ ਕਿਸ ਤਰ੍ਹਾਂ ਮੈਨੇਜ ਕਰਨਾ ਆਸੀ ਪੇਪਰ ਨੂੰ ਓਕੇ ਤੇ ਜੇ ਕੋਈ ਹੋਰ ਗੱਲ ਹੋਏਗੀ ਤਾਂ ਕਮੈਂਟ ਬਾਕਸ ਵਿੱਚ ਆਸੀ ਗੱਲ ਕਰਕੇ ਡਿਸਕਸ ਕਰ ਲਾਂਗੇ ਜੀ ਅੱਜ ਲਈ ਇੰਨਾ ਹੀ ਰੱਖਦੇ ਆਂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ